ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ ਤਾਂ ਫਰੈਂਡਸ ਅੱਜ ਅਸੀਂ ਕਰਨ ਵਾਲੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਮਾਤ ਚੌਥੀ ਵਿਸ਼ਾ ਪੰਜਾਬੀ ਦਾ ਨਮੂਨਾ ਮੁਲਾਂਕਣ ਪ੍ਰਸ਼ਨ ਪੱਤਰ ਤਾਂ ਅੱਜ ਅਸੀਂ ਇਸ ਨੂੰ ਸੋਲਵ ਕਰਾਂਗੇ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਦੇ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਇਸ ਨਾਲ ਤੁਹਾਨੂੰ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇਗੀ ਤਾਂ ਚਲੋ ਬੱਚਿਓ ਅਸੀਂ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨ ਨੰਬਰ 1 ਤੋਂ ਪ੍ਰਸ਼ਨ ਨੰਬਰ 5 ਤੱਕ ਦੇ ਉੱਤਰ ਵਿਕਲਪਾਂ ਵਿੱਚੋਂ ਚੁਣੋ ਲੋਕ ਈਦਗਾ ਵੱਲ ਚੱਲ ਪਏ ਹਨ ਨਾਲ ਬੱਚੇ ਵੀ ਜਾ ਰਹੇ ਹਨ ਉਹ ਖੁਸ਼ੀ ਵਿੱਚ ਨੱਚਦੇ ਟੱਪਦੇ ਜਾ ਰਹੇ ਹਨ ਸਭ ਲੋਕ ਈਦਗਾ ਪਹੁੰਚ ਗਏ ਹਨ ਉੱਥੇ ਸਭ ਨੇ ਕਤਾਰਾਂ ਵਿੱਚ ਖੜੇ ਹੋ ਕੇ ਨਮਾਜ਼ ਪੜ੍ਹੀ ਨਮਾਜ਼ ਪੜ੍ਹ ਕੇ ਹੱਥ ਉਡਾ ਕੇ ਖੁਦਾ ਤੋਂ ਦੁਆ ਮੰਗੀ ਇਸ ਤੋਂ ਬਾਅਦ ਸਭ ਇੱਕ ਦੂਜੇ ਦੇ ਗਲੇ ਵਿਲੇ ਸਭ ਨੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ पैरा अ पढ़ लिया है अगे सू प्रश्न उत्तर दे गए हैं लोग कितने जा रहे सन स्कूल खेडा देखण ईदगाह खेत तो सही ऑप्शन है ऑप्शन ई ईदगाह यह पैरा किस पाठ विच गया है नानी की सिक्ख्या बाल सुखदेव ईद साडे रुख तो दी सही ऑप्शन आ आजूगी ऑप्शन ई ईद हेठा दिते हेठा लिखे शब्दों के शब्द किरिया है मंगी लोक ईद ओ सही ऑप्शन आ आजूगी ऑप्शन उड़ा मंगी ਹੇਲ ਲਿਕੇ ਵਾਕ ਵਿੱਚ ਹੇਟ ਲਕੀਰੇ ਸ਼ਬਦ ਦਾ ਵਿਰੋਧੀ ਸ਼ਬਦ ਚੁਰੋ ਉਹ ਸਕੂਲ ਜਾ ਰਿਹਾ ਸੀ ਤਾਂ ਜਾ ਦਾ ਕੀ ਆਜੂਗਾ ਆ ਪੜ ਜਾਣਾ ਗਿਆ ਤਾਂ ਇਹਦੀ ਸਹੀ ਆਪਸ਼ਨ ਆਜੂਗੀ ਉੜਾ ਆ ਹੇਠਾਂ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਹੈ ਲੋਕ ਇੱਕ ਦੂਜੇ ਤੇ ਰੰਗ ਪਾ ਰਹੇ ਹਨ ਲੋਕ ਵਿਆਹ ਤੇ ਜਾ ਰਹੇ ਸਨ ਲੋਕ ਗਲੇ ਮਿਲ ਕੇ ਈਦੀ ਮੁਬਾਰਕਵਾ ਦੇ ਰਹੇ ਸਨ ਲੋਕ ਬੜੇ ਉਦਾਸਨ ਤਾਂ ਇਹਦੀ ਸਹੀ ਆਪਸ਼ਨ ਆਜੂਗੀ ਆਪਸ਼ਨ ਈ ਲੋਕ ਗੜੇ ਮਿਲ ਕੇ ਈ ਦੀ ਮੁਬਾਰਕਵਾਹ ਦੇ ਰਹੇ ਸਨ ਹੈੜਾ ਦਿੱਤੀ ਤਸਵੀਰ ਨੂੰ ਦੇਖ ਕੇ ਪ੍ਰਸ਼ਨ ਨੰਬਰ 6 ਤੋਂ ਪ੍ਰਸ਼ਨ ਨੰਬਰ 10 ਤੱਕ ਦੇ ਉੱਤਰ ਵਿਕਲਪਾਂ ਵਿੱਚ ਚੁਣੋ ਤਾਂ ਇੱਥੇ ਸਾਨੂੰ ਤਸਵੀਰ ਦਿੱਤੀ ਗਈ ਹੈ ਅਸੀਂ ਇਸ ਵਿੱਚੋਂ ਕੁਐਸਚਨ ਦੇਖ ਕੇ ਕਰਨੇ ਹਨ ਉਹਨਾਂ ਉਹਨਾਂ ਦੇ ਆਨਸਰ ਅਸੀਂ ਇਸ ਤਸਵੀਰ ਨੂੰ ਦੇਖ ਕੇ ਭਰਾਂਗੇ ਤਸਵੀਰ ਵਿੱਚ ਸ਼ਿਕਾਰੀ ਨੇ ਕੀ ਬਚਾਇਆ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਵਿੱਚ ਸ਼ਿਕਾਰੀ ਨੇ ਕੀ ਬਚਾਇਆ ਹੋਇਆ ਹੈ ਜਾਲ ਤਾਂ ਇਹਦੀ ਆਪਸ਼ਨਾਂ ਨੇ ਬਿਸਰਾ ਜਾਲ ਟੋਕਰਾ ਮੱਜਾ ਤਾਂ ਇਹ ਸਹੀ ਆਪਸ਼ਨ ਆਜੂਗੀ ਆੜਾ ਜਾਲ ਸ਼ਿਕਾਰੀ ਕਿਸ ਤਰ੍ਹਾਂ ਨਜ਼ਰ ਆ ਰਿਹਾ ਹੈ ਉਦਾਸ ਖੁਸ਼ ਡਰਾਉਣਾ ਰੋ ਰਿਹਾ ਹੈ ਤੈਦੀ ਸਹੀ ਆਪਸ਼ਨ ਆਜੂਗੀ ਉੜਾ ਉਦਾਸ ਤਸਵੀਰ ਵਿੱਚ ਕਿੰਨੇ ਪੰਛੀ ਨਜ਼ਰ ਆ ਰਹੇ ਹਨ 5 9 10 7 ਤਾਂ ਤਸਵੀਰ ਵਿੱਚ ਸਾਨੂੰ ਦੇਖੋ ਕਿੰਨੇ ਪੰਛੀ ਨਜ਼ਰ ਆ ਰਹੇ ਸਾਹਤ ਨੂੰ 1 2 3 4 5 6 7 ਤੈਦੀ ਸਹੀ ਆਪਸ਼ਨ ਆਜੂਗੀ ਆਪਸ਼ਨ ਨੰਬਰ 7 ਸੱਸਾ ਤਸਵੀਰ ਅਨੁਸਾਰ ਸਹੀ ਕਥਨ ਚੁਣੋ ਪੰਛੀ ਚੋਗਾ ਚੁਗ ਰਹੇ ਹਨ ਪੰਛੀ ਜਾਲ ਵਿੱਚ ਫਸ ਗਏ ਹਨ ਸ਼ਿਕਾਰੀ ਪੰਛੀ ਨੂੰ ਫੜਨਾ ਚਾਹੁੰਦਾ ਹੈ ਸ਼ਿਕਾਰੀ ਦੇ ਹੱਥ ਵਿੱਚ ਤੀਰ ਕਮਾਨ ਹੈ ਤਾਂ ਇਹਦੀ ਸਹੀ ਆਪਸ਼ਨ ਆ ਜਾਊਗੀ ਈੜੀ ਸ਼ਿਕਾਰੀ ਪੰਛੀ ਨੂੰ ਫੜਨਾ ਚਾਹੁੰਦਾ ਹੈ ਪੰਛੀ ਅਸਮਾਨ ਵਿੱਚ ਉੱਡ ਰਹੇ ਹਨ ਉਪਰੋਕਤ ਵਾਕ ਵਿੱਚ ਕਿਰਿਆ ਸ਼ਬਦ ਚੁਣੋ ਉੱਡ ਅਸਮਾਨ ਪੰਛੀ ਵਿੱਚੋਂ ਤਾਂ ਇਹਦੀ ਸਹੀ ਆਪਸ਼ਨ ਆਜੂਗੀ ਉੜਾ ਉੱਡ ਹੈਡਾ ਦਿੱਤੇ ਪ੍ਰਸ਼ਨ ਨੰਬਰ 11 ਤੋਂ ਪ੍ਰਸ਼ਨ ਨੰਬਰ 20 ਤੱਕ ਨੂੰ ਪੜ੍ਹ ਕੇ ਉੱਤਰਾ ਦੇ ਸਹੀ ਵਿਕਲਪ ਚੁਣੋ ਤੇ ਉਹਾਰ ਸਾਡੇ ਲੋਕਾਂ ਵਿੱਚ ਕੀ ਵਧਾਉਂਦੇ ਹਨ ਈਰਖਾ ਪਿਆਰ ਗੁੱਸਾ ਦੂਰੀ ਤਾਂ ਇਹਦੀ ਸਹੀ ਆਪਸ਼ਨ ਆਜੂਗੀ ऑप्शन आड़ा प्यार डिंगा तो की भाव है पुलांगा पैर दौड़ना चलना सही ऑप्शन आजगी उड़ा पुलांगा तक्के का शब्द की अर्थ है आवेगा जावेगा देखेगा बोलेगा दी सही ऑप्शन आजगी इडी देखेगा नेड़े का विरोधी शब्द की होगा पासे दूर कोल आस पास सही ऑप्शन आ दूर सही शब्द चुनो रोण हाका रोन हाका, रोन रोन हाका। सही ऑप्शन आ जाएगी एड़ा रोन हाका हेठ लिखे शब्द किसने कहे मंगू वीरे असी नहीं खाणी लूक भांग आजी रोज ਕੋਈ ਨਾ ਕੋਈ ਰੁਖ ਵੱਡ ਦਿੰਦਾ ਹੈ ਵੀਰੂ ਨੇ ਮੰਗੂ ਨੂੰ ਮੰਗੂ ਨੇ ਵੀਰੂ ਨੂੰ ਜ਼ਗੀਰੇ ਨੇ ਵੀਰੂ ਨੂੰ ਮੰਗੂ ਨੇ ਜ਼ਗੀਰ ਨੂੰ ਤੈਦੀ ਜੋ ਇਹ ਸ਼ਬਦ ਕਿਸ ਨੂੰ ਕਹੇ ਸੀ ਉਹ ਇਹਦੀ ਆਪਸ਼ਨ ਸਹੀ ਹੈ ਊੜਾ ਵੀਰੂ ਨੇ ਮੰਗੂ ਨੂੰ ਕਹੇ ਸੀ ਜਿਸ ਤਰ੍ਹਾਂ ਬੱਕਰੀ ਤੋਂ ਬੱਕਰੀਆਂ ਹੁੰਦਾ ਹੈ ਓਵੇਂ ਰੱਸੀ ਤੋਂ ਕੀ ਹੋਵੇਗਾ ਰੱਸਾ ਰਸੇ ਰਸੀਆਂ ਤਾਗਾ ਤੈਦੀ ਰਾਈਟ ਆਪਸ਼ਨ ਹੈ ਐਡੀ ਰस्सियां ਕਬੂਤਰਾਂ ਨੂੰ ਪਾਣੇ ਦਾਣੇ ਪਾਉਣ ਨੂੰ ਡੈਸ਼ ਕਹਿੰਦੇ ਹਨ ਖਾਣਾ ਨਾਸ਼ਤਾ ਚੋਗਾ ਇਹਨਾਂ ਵਿੱਚੋਂ ਕੋਈ ਨਹੀਂ ਤੈਦੀ ਸਹੀ ਆਪਸ਼ਨ ਆਜੋਗੀ ਈਡੀ ਚੋਗਾ ਢੇੜ ਲਿਕੇ ਵਾਕ ਦੇ ਅੰਤ ਵਿੱਚ ਕਿਹੜਾ ਵਿਰਾਮ ਚਿੰਨ ਆਵੇਗਾ ਮੈਂ ਚੌਥੀ ਜਮਾਤ ਵਿੱਚ ਪੜਦਾ ਹਾਂ ਊੜਾ ਆੜਾ ਈਡੀ ਸਸਾ तो सही ऑप्शन आजुगी उड़ा। अंग्रेज अफसर अग वोला हो गया तो की भाव है बहुत ज्यादा गुस्से जा गया बहुत ज्यादा निमर हो गया हसन लगा रोन लगा तो राइट ऑप्शन आजगी ऑप्शन उड़ा बहुत ज्यादा गुस्से आ गया बच्चों ये अपनी वीडियो जे वीडियो पसंद आई होवे ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ